ਬੜਾ ਔਖਾ ਲੱਗਦਾ ਜਦੋਂ ਬੱਚੇ ਮਾਂ ਬਾਪ ਤੋਂ ਪਹਿਲਾਂ ਤੁਰ ਜਾਣ। ਤੂੰ ਨਾ ਉੱਥੇ ਜਾ ਕੇ ਸਾਡੀ ਵਧੀਆ ਜਿਹੀ ਸੀਟ ਬੁੱਕ ਕਰ ਲਈ। ਜੇ ਯਾਰ ਨੀ ਤਿਆਰ ਦੀ ਰੂਹ ਕੋਲ ਰਹਿਣ ਦੇ, ਬੇਸ਼ੱਕ ਲੈ ਜਾ ਤੂੰ ਸਰੀਰ ਇਸ ਦੁਨੀਆ ਚ। ਹੋ ਸਾਡਾ ਇਹਨਾਂ ਵੀ ਨਾ ਕਰ ਬੁਰਾ ਹਾਲ, ਹੋ ਗੁਲ ਕੰਬ ਦੇ ਤੇ ਅੱਖਾਂ ਹੋਈਆਂ ਲਾਲ। ਹਾਏ ਮੈਂ ਨੀ ਸਹਿ ਸਕਦਾ ਰੱਬਾ ਮੇਰਿਆ, ਹਾਏ ਮੈਂ ਨੀ ਸਹਿ ਸਕਦਾ। ਹੋ ਤੈਨੂੰ ਪੁੱਛਣਾ ਆ ਇੱਕ ਮੈਂ ਸਵਾਲ, ਮਰਨ ਤੋਂ ਬਾਅਦ ਸਾਡੇ ਨਾਲ ਕਿਉਂ ਨੀ ਕੋਈ ਰਹਿ ਸਕਦਾ ਰੱਬਾ ਮੇਰਿਆ, ਕਿਉਂ ਨੀ ਕੋਈ ਰਹਿ ਸਕਦਾ, ਕਿਉਂ ਨੀ ਕੋਈ ਰਹਿ ਸਕਦਾ ਰੱਬਾ ਮੇਰਿਆ, ਕਿਉਂ ਨੀ ਕੋਈ ਰਹਿ ਸਕਦਾ। ਪਾਣੀ ਪਾਣੀ ਨੂੰ ਹੀ ਸ਼ਾਇਦ ਇੱਕ ਦਿਨ ਪੀਂਦਾ ਹੋ ਸਕਦਾ। ਉਹ ਤੇਰਾ ਜਾਂਦਾ ਹੀ ਦਸਗੀ ਜੇ ਯਾਰ ਪਰਿੰਦਾ ਹੋ ਸਕਦਾ। ਉਹ ਜੇ ਤੂੰ ਚਾਹਵੇਂ ਤੇ ਰੱਬਾ ਯਾਰ ਮੇਰਾ ਜ਼ਿੰਦਾ ਹੋ ਸਕਦਾ। ਉਹ ਜੇ ਤੂੰ ਰੱਬ ਏ ਤੇ ਘਰ ਦੇ ਕਮਾਲ, ਮੇਰਾ ਯਾਰ ਬੈਠਾ ਹੋਵੇ ਮੇਰੇ ਨਾਲ। ਜਿਹਨੂੰ ਮੈਂ ਮੇਰਾ ਕਹਿ ਸਕਦਾ ਰੱਬਾ ਮੇਰਿਆ, ਜਿਹਨੂੰ ਮੈਂ ਮੇਰਾ ਕਹਿ ਸਕਦਾ। ਤੈਨੂੰ ਪੁੱਛਣਾ ਸੋਚ ਰਹੇ ਹੋ? ਇਨਸਾਨ ਮਰ ਕੇ ਤਾਰਾ ਬਣਦਾ ਹੈ ਜਾਂ ਨਹੀਂ ਬਣਦਾ ਹੈ? ਜਦੋਂ ਮੈਂ ਬਣ ਕੇ ਮੈਨੂੰ ਦੇਖੋਗੇ ਸੱਚ, ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਮੈਂ ਕਿਹੜੀ ਹਾਂ? ਜੇ ਰੱਬਾ ਤੂੰ ਹੀ ਬਣਾਈ ਇਹ ਦੁਨੀਆ ਵੇ, ਜੇ ਸਭ ਲਿਖਿਆ ਤੇਰਾ ਕੋਈ ਮਰਦਾ ਕਿਉਂ? ਜੋ ਛੋਟੀ ਉਮਰ ਚ ਲੋਕ ਮਰ ਜਾਂਦੇ ਨੇ, ਹਾਏ ਤੂੰ ਉਹਨਾਂ ਨੂੰ ਪੈਦਾ ਹੀ ਕਰਦਾ ਕਿਉਂ? ਜਿੰਨਾ ਪੁਰਾਣਾ ਜਨਮ ਆ ਜਾਨੀ ਨਹਿਰਾਂ ਨਦੀਆਂ ਦਾ, ਸਦਾ ਸਾਲਾਂ ਵਾਲਾ ਪਿਆਰ ਨਹੀਂ ਸਦਾ ਪਿਆਰ ਆ ਸਦੀਆਂ ਦਾ। ਲੋਕ ਤਾਂ ਅੰਨੇ ਆ ਲੋਕਾਂ ਦੀਆਂ ਅੱਖਾਂ ਤੇ ਪਰਦੇ ਆ, ਸਾਰੇ ਝੂਠੇ ਆ ਜੋ ਸਤ ਜਨਮਾਂ ਦੀਆਂ ਗੱਲਾਂ ਕਰਦੇ।